ਦੇਖੋ ਜੀ ਦਿਨ ਦਿਹਾੜੇ ਸਵੇਰੇ ਸਮਾਂ 9 ਵਜੇ ਦਾ ਮਾਡਲ ਟਾਊਨ ਲਾਗੇ ਕੇਕ ਹਾਊਸ ਦੇ ਸਾਡੇ ਮਾਵਾਂ ਵਰਗੀ ਸਾਡੀ ਜੋ ਕਿ ਲੇਡੀਜ਼ ਜਾ ਰਹੀ ਸੀ ਐਕਟੀਵਾ ਅਤੇ ਬਾਊ ਜੀ ਦੇ ਨਾਲ ਅਤੇ ਇੱਥੇ ਕੇਕ ਹਾਊਸ ਦੇ ਬਾਹਰ ਤੋਂ ਇਹਨਾਂ ਦੀ ਕੰਨ ਦੀ ਵਾਲੀ ਦੇਖੋ ਕਿੱਦਾਂ ਲਾ ਕੇ ਲੈ ਗਏ ਨੇ। ਆਓ ਜੀ ਆਂਟੀ, ਤੁਸੀਂ ਪਹਿਲਾਂ ਡਾਕਟਰ ਦੇ ਆਓ ਫਿਰ ਆਪਾਂ ਠਾਣੇ ਚੱਲਦੇ ਹਾਂ। ਆਓ ਜੀ ਬਾਊ ਜੀ ਆਓ, ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ? ਜਲੰਧਰ ਹਾਈਟ ਤੋਂ ਆ ਰਹੇ, ਕਿੱਧਰ ਜਾ ਰਹੇ ਸੀਗੇ? ਆਜੋ ਅੱਖਾਂ ਦਿਖਾ ਜਾ ਰਹੇ, ਆਓ ਆਓ ਮਾਤਾ ਜੀ ਆਓ, ਇੱਕ ਮਿੰਟ ਆਓ ਆਓ ਆਓ। ਹਾਂ ਮੇਰੀ ਮਾਂ, ਓਏ ਕਾਕੇ ਪਾਣੀ ਲਿਆ ਯਾਰ ਇੱਕ ਬੋਤਲ, ਆਹ ਸਾਹਮਣੇ ਤੁਸੀਂ ਭੇਜ ਦਿਓ। ਆਜੋ ਆਓ ਆਓ ਮਾਤਾ ਜੀ ਆਓ ਆਓ ਆਜੋ 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 ਆਜੋ, ਰੋ ਨਾ ਤੁਸੀਂ, ਆਜੋ ਆਜੋ ਆਜੋ। ਕੂਟੀ ਤੇ ਜਾ ਰਹੀ ਇੱਕ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਨੇ। ਦੱਸ ਦਈਏ ਕਿ ਬਜ਼ੁਰਗ ਜੋੜਾ ਸਕੂਟੀ ਦੇ ਉੱਤੇ ਸਵਾਰ ਹੋ ਕੇ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਜਾ ਰਿਹਾ ਸੀ, ਪਰ ਪਿੱਛੋਂ ਦੀ ਆਏ ਕੁਝ ਝਪਟਮਾਰਾਂ ਨੇ ਉਹਨਾਂ ਦੇ ਕੰਨ ਦੇ ਵਿੱਚੋਂ ਵਾਲੀਆਂ ਖੋਹ ਲਈਆਂ, ਜਿਸ ਤੋਂ ਬਾਅਦ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਇੱਕ ਔਰਤ ਜਦੋਂ ਆਪਣੇ ਪਤੀ ਦੇ ਨਾਲ ਅੱਖਾਂ ਦੀ ਦਵਾਈ ਲੈਣ ਦੇ ਲਈ ਹਸਪਤਾਲ ਦੇ ਵਿੱਚ ਜਾ ਰਹੀ ਸੀ, ਤਾਂ ਪਿੱਛੋਂ ਦੀ ਬਾਈਕ ਦੇ ਉੱਤੇ ਆਏ ਦੋ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਚਲਦੀ ਸਕੂਟੀ 'ਤੇ ਹੀ ਉਸਦੇ ਉੱਤੇ ਝਪੱਟਾ ਮਾਰਿਆ ਜਾਂਦਾ, ਹਾਲਾਂਕਿ ਵਾਲੀਆਂ ਖੋਹ ਲਈਆਂ ਜਾਂਦੀਆਂ ਨੇ ਅਤੇ ਮੌਕੇ ਤੋਂ ਦੋਵੇਂ ਲੁਟੇਰੇ ਫਰਾਰ ਹੋ ਗਏ ਨੇ। ਤਾਂ ਜਲੰਧਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਸਵੇਰੇ 9 ਵਜੇ ਜਦੋਂ ਇੱਕ ਬਜ਼ੁਰਗ ਪਤੀ ਪਤਨੀ ਆਪਣੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਉਹਨਾਂ ਦੇ ਕੋਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਜੋ ਬਜ਼ੁਰਗ ਔਰਤ ਹੈ ਉਸਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸਕੂਟੀ 'ਤੇ ਜਾ ਰਹੇ ਬਜ਼ੁਰਗ ਪਤੀ ਪਤਨੀ ਦੇ ਕੋਲੋਂ ਲੁੱਟ ਖੋਹ ਕੀਤੀ ਗਈ ਹੈ। ਦਵਾਈ ਲੈਣ ਦੇ ਲਈ ਇਹ ਦੋਵੇਂ ਘਰੋਂ ਨਿਕਲੇ ਸੀ, ਪਰ ਰਾਹ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਮੇਨ ਰੋਡ ਦੇ ਉੱਤੇ ਹੀ ਇਹਨਾਂ ਦੇ ਕੋਲੋਂ ਲੁੱਟ ਹੋਈ ਹੈ। ਤਾਂ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾ ਕੇ ਲੁਟੇਰੇ ਫਰਾਰ ਹੋ ਗਏ ਨੇ। ਦੇਖੋ ਜੀ ਦਿਨ ਦਿਹਾੜੇ ਸਵੇਰੇ ਸਮਾਂ 9 ਵਜੇ ਦਾ ਮਾਡਲ ਟਾਊਨ ਲਾਗੇ ਕੇਕ ਹਾਊਸ ਦੇ ਸਾਡੇ ਮਾਵਾਂ ਵਰਗੀ ਸਾਡੀ ਜੋ ਕਿ ਲੇਡੀਜ਼ ਜਾ ਰਹੀ ਸੀ ਐਕਟੀਵਾ ਅਤੇ ਬਾਊ ਜੀ ਦੇ ਨਾਲ ਅਤੇ ਇੱਥੇ ਕੇਕ ਹਾਊਸ ਦੇ ਬਾਹਰ ਤੋਂ ਇਹਨਾਂ ਦੀ ਕੰਨ ਦੀ ਵਾਲੀ ਦੇਖੋ ਕਿੱਦਾਂ ਲਾ ਕੇ ਲੈ ਗਏ ਨੇ। ਆਓ ਜੀ ਆਂਟੀ, ਤੁਸੀਂ ਪਹਿਲਾਂ ਡਾਕਟਰ ਦੇ ਆਓ ਫਿਰ ਆਪਾਂ ਠਾਣੇ ਚੱਲਦੇ ਹਾਂ। ਆਓ ਜੀ ਬਾਊ ਜੀ ਆਓ, ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ? ਜਲੰਧਰ ਹਾਈਟ ਤੋਂ ਆ ਰਹੇ, ਕਿੱਧਰ ਜਾ ਰਹੇ ਸੀਗੇ? ਆਜੋ ਅੱਖਾਂ ਦਿਖਾ ਜਾ ਰਹੇ, ਆਓ ਆਓ ਮਾਤਾ ਜੀ ਆਓ, ਇੱਕ ਮਿੰਟ ਆਓ ਆਓ ਆਓ। ਹਾਂ ਮੇਰੀ ਮਾਂ, ਓਏ ਕਾਕੇ ਪਾਣੀ ਲਿਆ ਯਾਰ ਇੱਕ ਬੋਤਲ, ਆਹ ਸਾਹਮਣੇ ਤੁਸੀਂ ਭੇਜ ਦਿਓ। ਆਜੋ ਆਓ ਆਓ ਮਾਤਾ ਜੀ ਆਓ ਆਓ ਆਜੋ 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 ਆਜੋ, ਰੋ ਨਾ ਤੁਸੀਂ, ਆਜੋ ਆਜੋ ਆਜੋ। ਕੂਟੀ ਤੇ ਜਾ ਰਹੀ ਇੱਕ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਨੇ। ਦੱਸ ਦਈਏ ਕਿ ਬਜ਼ੁਰਗ ਜੋੜਾ ਸਕੂਟੀ ਦੇ ਉੱਤੇ ਸਵਾਰ ਹੋ ਕੇ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਜਾ ਰਿਹਾ ਸੀ, ਪਰ ਪਿੱਛੋਂ ਦੀ ਆਏ ਕੁਝ ਝਪਟਮਾਰਾਂ ਨੇ ਉਹਨਾਂ ਦੇ ਕੰਨ ਦੇ ਵਿੱਚੋਂ ਵਾਲੀਆਂ ਖੋਹ ਲਈਆਂ, ਜਿਸ ਤੋਂ ਬਾਅਦ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਇੱਕ ਔਰਤ ਜਦੋਂ ਆਪਣੇ ਪਤੀ ਦੇ ਨਾਲ ਅੱਖਾਂ ਦੀ ਦਵਾਈ ਲੈਣ ਦੇ ਲਈ ਹਸਪਤਾਲ ਦੇ ਵਿੱਚ ਜਾ ਰਹੀ ਸੀ, ਤਾਂ ਪਿੱਛੋਂ ਦੀ ਬਾਈਕ ਦੇ ਉੱਤੇ ਆਏ ਦੋ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਚਲਦੀ ਸਕੂਟੀ 'ਤੇ ਹੀ ਉਸਦੇ ਉੱਤੇ ਝਪੱਟਾ ਮਾਰਿਆ ਜਾਂਦਾ, ਹਾਲਾਂਕਿ ਵਾਲੀਆਂ ਖੋਹ ਲਈਆਂ ਜਾਂਦੀਆਂ ਨੇ ਅਤੇ ਮੌਕੇ ਤੋਂ ਦੋਵੇਂ ਲੁਟੇਰੇ ਫਰਾਰ ਹੋ ਗਏ ਨੇ। ਤਾਂ ਜਲੰਧਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਸਵੇਰੇ 9 ਵਜੇ ਜਦੋਂ ਇੱਕ ਬਜ਼ੁਰਗ ਪਤੀ ਪਤਨੀ ਆਪਣੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਉਹਨਾਂ ਦੇ ਕੋਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਜੋ ਬਜ਼ੁਰਗ ਔਰਤ ਹੈ ਉਸਦਾ ਰੋ ਰੋ ਕੇ ਬੁਰਾ ਹਾਲ ਹੈ,
ਕਿਉਂਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਕੂਟੀ ਤੇ ਜਾ ਰਹੇ ਬਜ਼ੁਰਗ ਪਤੀ ਪਤਨੀ ਦੇ ਕੋਲੋਂ ਲੁੱਟਖੋ ਕੀਤੀ ਗਈ ਹੈ। ਦਵਾਈ ਲੈਣ ਦੇ ਲਈ ਇਹ ਦੋਵੇਂ ਘਰੋਂ ਨਿਕਲੇ ਸੀ ਪਰ ਰਾਹ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਮੇਨ ਰੋਡ ਦੇ ਉੱਤੇ ਹੀ ਇਹਨਾਂ ਦੇ ਕੋਲੋਂ ਲੁੱਟ ਹੋਈ ਹੈ ਤਾਂ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾ ਕੇ ਲੁੱਟੇਰੇ ਫਰਾਰ ਹੋ ਗਏ ਨੇ।